ਸਤਿਗੁਰੂ ਜੀ ਮੈਂ ਤੁਹਾਡਾ ਆਪਣਾ ਦਾਸ ਜਗਮਿੰਦਰ ਸਿੰਘ ਪੰਜਾਬ ਪੁਲਿਸ ਤੇ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਨੇ ਜਿਹੜੀ 10,000 ਪੁਲਿਸ ਮੁਲਾਜ਼ਮ ਭਰਤੀ ਕੱਢੀ ਸੀਗੀ ਪੁਲਿਸ ਮਹਿਕਮੇ ਦੇ ਵਿੱਚ ਜਿਹਨੂੰ ਲਗਭਗ ਤਕਰੀਬਨ ਸਾਰਾ ਕਲੀਅਰ ਹੋ ਚੁੱਕਿਆ ਪੇਪਰ ਹੁਣ ਤੱਕ ਸਾਰਾ ਕੁਝ ਹੋ ਚੁੱਕਿਆ ਤੇ ਉਹਦੇ ਵਿੱਚ ਇੱਕ ਚੀਜ਼ ਬੜੀ ਅਹਿਮ ਦੇਖਣ ਨੂੰ ਮਿਲੀ ਹੈ ਕਿ ਜਦੋਂ ਬੱਚੇ ਮਿਹਨਤ ਲੱਗੇ ਕਰਨ ਤਿਆਰੀ ਲੱਗੇ ਕਰਨ ਤਾਂ ਮੇਰੇ ਕੋਲ ਵੀ ਗਰਾਊਂਡ ਦੇ ਵਿੱਚ ਬਹੁਤ ਬੱਚੇ ਆਉਂਦੇ ਸੀਗੇ ਤੇ ਜਿਉਂ ਜਿਉਂ ਉਹਨਾਂ ਦੇ ਪੇਪਰ ਦੀ ਤਰੀਕ ਨੇੜੇ ਆਉਂਦੀ ਗਈ ਤਿਉਂ ਤਿਉਂ ਉਹ ਘਟਦੇ ਗਏ। ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਪ੍ਰੋਬਲਮ ਹੈ, ਕਹਿੰਦੇ ਵੀ ਸਰ ਸਾਨੂੰ ਪ੍ਰੋਬਲਮ ਇਹ ਹੈ ਵੀ ਜੇਕਰ ਪੇਪਰ ਨਾ ਪਾਸ ਹੋਇਆ ਤਾਂ ਫਿਜ਼ੀਕਲ ਦੀ ਤਿਆਰੀ ਕਰਨ ਦਾ ਕੀ ਫਾਇਦਾ। ਮੈਂ ਉਹਨਾਂ ਕਿਹਾ ਵੀ ਚਲੋ ਕੋਈ ਗੱਲ ਨੀ, ਤੁਹਾਨੂੰ ਲੱਗਦਾ ਵੀ ਸਾਨੂੰ ਵੀਕਨੈਸ ਲੱਗਦੀ ਹੈ, ਅਸੀਂ ਪੜ੍ਹਨ ਚ ਕਮਜ਼ੋਰ ਹਾਂ, ਚਲੋ ਤਿਆਰੀ ਕਰ ਲਓ। ਕੁਝ ਬੱਚੇ ਤਿਆਰੀ ਵੀ ਕਰਦੇ ਰਹੇ ਤੇ ਗਰਾਊਂਡ ਵੀ ਆਉਂਦੇ ਰਹੇ, ਵਰਕ ਚੱਲਦਾ ਰਿਹਾ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਦੇਖਣ ਨੂੰ ਮਿਲੀ ਹੈ। ਹੁਣ ਜਦੋਂ ਪੇਪਰ ਹੋ ਗਿਆ ਤੇ ਹੁਣ ਬੱਚੇ ਇਹ ਕਹਿਣ ਲੱਗ ਗਏ ਕਿ ਵੀ ਸਰ ਤਾਂ ਗਰਾਊਂਡ ਆਵਾਂਗੇ ਜੇਕਰ ਪੇਪਰ ਚ ਪਾਸ ਹੋਵਾਂਗੇ, ਨਹੀਂ ਗਰਾਊਂਡ ਚ ਗੋਡੇ ਤੜਾਉਣ ਦਾ ਕੋਈ ਫਾਇਦਾ ਨਹੀਂ। ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਵੀ ਕੋਈ ਬੰਦਾ ਇੱਕੋ ਦਿਨ ਸਟਾਰ ਥੋੜੀ ਬਣ ਜਾਂਦਾ, ਕੋਈ ਬੰਦਾ ਇੱਕੋ ਦਿਨ ਸਟਾਰ ਥੋੜੀ ਬਣ ਜਾਂਦਾ। ਕਿੱਡੇ ਕਿੱਡੇ ਕਬੱਡੀ ਦੇ ਪਲੇਅਰ ਹੋਏ ਨੇ, ਕਿੱਡੇ ਕਿੱਡੇ ਨੈਸ਼ਨਲ ਐਥਲੀਟ ਹੋਏ ਨੇ, ਸਰਦਾਰ ਮਿਲਖਾ ਸਿੰਘ ਲਾ ਲਓ ਕਿ ਬਈ ਕੀ ਉਹ ਇੱਕੋ ਦਿਨ ਤੜਾਕ ਬਣ ਗਿਆ ਸੀ, ਪੀਟੀ ਊਸ਼ਾ ਲਾ ਲਓ, ਹਿਮਾ ਦਾਸ ਲਾ ਲਓ ਕਿ ਉਹ ਇੱਕੋ ਦਿਨ ਤਕੜੇ ਪਲੇਅਰ ਬਣ ਗਏ ਸੀਗੇ। ਜੇਕਰ ਉਹ ਇਹ ਚੀਜ਼ਾਂ ਸੋਚਦੇ ਵੀ ਅਸੀਂ ਪਹਿਲੇ ਦਿਨ ਗਰਾਊਂਡ ਚ ਗਏ ਸੀ, ਅਸੀਂ ਕੋਈ ਸਾਨੂੰ ਕੁਝ ਨੀ ਮਿਲਿਆ, ਅਸੀਂ ਨਹੀਂ ਗਰਾਊਂਡ ਜਾਣਾ, ਤੇ ਉਹ ਅੱਜ ਇੱਥੇ ਤੱਕ ਪਹੁੰਚਦੇ। ਉਹਨਾਂ ਦੇ ਅਖਬਾਰਾਂ 'ਚ ਫੋਟੋਆਂ, ਕੰਧਾਂ ਦੇ ਪੋਸਟਰ, ਹੈ ਕਿੱਥੇ ਕਿੱਡੇ ਕਿੱਡੇ ਮਿਊਜ਼ੀਅਮ ਉਹਨਾਂ ਦੇ ਨਾਂ ਤੇ ਬਣੇ ਹੋਏ ਨੇ, ਕਿੰਨੇ ਕਿੰਨੇ ਉਹਨਾਂ ਸਰਕਾਰ ਵੱਲੋਂ ਨਾਮ, ਕਿੰਨੀ ਕਿੰਨੀ ਉਹਨਾਂ ਦੀ ਇੱਜ਼ਤ ਆ, ਕਿੱਥੇ ਕਿੱਥੇ ਉਹਨਾਂ ਬੰਦਿਆਂ ਨੂੰ ਨਾਂ ਪਹੁੰਚ ਗਿਆ। ਕੀ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਜਾਓਗੇ? ਕਦੇ ਵੀ ਨਹੀਂ। ਕਿਉਂਕਿ ਬੰਦਾ ਕਾਮਯਾਬ ਉਹੀ ਹੁੰਦਾ ਜਿਹੜਾ ਗਰਾਊਂਡ ਦੇ ਨਾਲ ਜੁੜਦਾ। ਹੁਣ ਫਰਜ਼ ਕਰੋ ਤੁਹਾਨੂੰ ਕਬੱਡੀ ਦੇ ਪਲੇਅਰਾਂ ਦੀਆਂ ਪਤਾ ਨਾ, ਬਿੱਟੂ ਦਗਾਲ ਦਾ ਕਿੱਡਾ ਨਾਂ ਹੋਇਆ, ਸੰਦੀਪ ਲੁੱਤਰ ਦਾ ਕਿੱਡਾ ਨਾਂ ਹੈ, ਖੁਸ਼ੀ ਦੁੱਗਾ ਦਾ ਕਿੱਡਾ ਨਾਂ ਹੈ, ਕੋਈ ਇਹਨਾਂ ਚੋਂ ਜਾਫੀ ਹੈ, ਕੋਈ ਇਹਨਾਂ ਚੋਂ ਰੇਡਰ ਹੈ। ਜੇਕਰ ਹੁਣ ਬਿੱਟੂ ਦਗਾਲ ਜਾਫੀ ਹੈ ਤਗੜਾ ਪੂਰਾ, ਹਨਾ, ਜਾਫੀ ਸੀ, ਚਲੋ ਪਰਮਾਤਮਾ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ, ਜਾਣਾ ਪੈ ਗਿਆ, ਹਨਾ, ਉਹਦੀ ਰਜਾ 'ਚ ਰਹਿਣਾ ਪੈਂਦਾ ਸਾਰਿਆਂ ਨੂੰ। ਜਦੋਂ ਉਹ ਕਿਸੇ ਪਲੇਅਰ ਨੂੰ ਫੜਦਾ ਹੈ, ਜੇਕਰ ਰੇਡਰ ਤੋਂ ਭੱਜ ਗਿਆ ਛੁੱਟ ਕੇ, ਤਾਂ ਉਹ ਐਂ ਥੋੜੀ ਸੋਚੂਗਾ ਵੀ ਮੈਥੋਂ ਤਾਂ ਯਾਰ ਭੱਜ ਗਿਆ ਸੀ ਵੀ ਮੈਂ ਨਹੀਂ ਗਰਾਊਂਡ 'ਚ ਵੜਦਾ। ਕੀ ਸੰਦੀਪ ਲੁੱਧਰ ਰੇਡ ਪਾਉਣਾ ਛੱਡ ਦੂਗਾ ਜੇਕਰ ਉਹਨੂੰ ਕੋਈ ਪਲੇਅਰ ਰੱਖ ਲੇ? ਕਿਉਂਕਿ ਜਿੱਤਦਾ ਬੰਦਾ ਉਹੀ ਹੁੰਦਾ ਜਿਹੜਾ ਹਾਰਨ ਦਾ ਬਲਬਲਾ ਰੱਖਦਾ ਹੋਵੇ, ਹਾਰਨ ਦਾ ਸਿਲਸਿਲਾ ਰੱਖਦਾ ਹੋਵੇ। ਜੇ ਤੁਸੀਂ ਇਹੀ ਸੋਚੋਗੇ ਕਿ ਵੀ ਜ਼ਿੰਦਗੀ 'ਚ ਅਸੀਂ ਜਿੱਤ ਤੋਂ ਸ਼ੁਰੂਆਤ ਕਰਨੀ ਹੈ, ਅਸੀਂ ਵੱਡੇ ਦੂਰ ਤੱਕ ਪਹੁੰਚਣਾ, ਤਾਂ ਤੁਸੀਂ ਜ਼ਿੰਦਗੀ 'ਚ ਕਦੇ ਵੀ ਕਿਤੇ ਨਹੀਂ ਪਹੁੰਚ ਸਕਦੇ। ਇਹ ਨਹੀਂ ਹੈਗਾ ਵੀ ਹੁਣ ਪੰਜਾਬ ਪੁਲਿਸ ਦੀ ਭਰਤੀ ਚੱਲਦੀ ਹੈ ਵੀ ਇਹ ਸਿਲਸਿਲਾ ਜਿਹੜਾ ਖਤਮ ਹੋ ਗਿਆ, ਇਹ ਸਿਲਸਿਲਾ ਲਗਾਤਾਰ ਚੱਲਦਾ ਰਹੂਗਾ। ਸਾਡੇ ਦਿਮਾਗ 'ਚ ਕੀ ਗੱਲ ਹੁੰਦੀ ਹੈ ਕਿ ਭਰਤੀ 5 ਸਾਲ ਬਾਅਦ ਆਉਂਦੀ ਹੈ, ਇਹ ਜ਼ਰੂਰੀ ਹੈਗਾ ਭਰਤੀ 5 ਸਾਲ ਹੁੰਦੇ? ਜਦੋਂ ਸਰਕਾਰ ਨੂੰ ਲੋੜ ਪੈਣੀ ਹੈ ਵੈਕੈਂਸੀ ਦੀ, ਸਰਕਾਰ ਨੇ ਉਸ ਟਾਈਮ ਹੀ ਭਰਤੀ ਕੱਢ ਦੇਣੀ ਆ। ਇਸ ਵਾਰ ਦੇਖੋ ਕਿੰਨੀਆਂ ਫੈਸਿਲਿਟੀਆਂ ਨੇ, ਪਹਿਲਾਂ ਕਿੰਨਾ ਕੱਦ ਹੁੰਦਾ ਸੀ, ਕਿੱਥੇ ਤੱਕ ਕੱਦ ਦੀ ਛੋਟ ਕਰਦੀ, 5 ਫੁੱਟ ਤੱਕ ਸਰਕਾਰ ਕੱਦ ਲਿਆ ਹੈ ਨਾ, ਕੋਈ ਕਿਸੇ ਤਰ੍ਹਾਂ ਦੀ ਵੈਕੈਂਸੀ, ਕੋਈ ਕਿਸ ਤਰ੍ਹਾਂ ਵੈਕੈਂਸੀ, ਇਸ ਤੋਂ ਵਧੀਆ ਮੌਕਾ ਤੁਹਾਨੂੰ ਕਿਤੇ ਨਹੀਂ ਮਿਲਣਾ, ਨਾ ਮਿਲਿਆ। ਠੀਕ ਹੈ, ਜੇ ਤੁਸੀਂ ਇੱਕ ਹਿੰਮਤ ਰੱਖੋਗੇ, ਹੌਸਲਾ ਰੱਖੋਗੇ, ਗਰਾਊਂਡ ਨਾਲ ਜੁੜੇ ਰਹੋਗੇ, ਤਾਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਚੰਗੇ ਪਲੇਅਰ ਵੀ ਬਣ ਸਕਦੇ ਹੋ। ਇਹ ਨਹੀਂ ਹੈਗਾ ਵੀ ਤੁਸੀਂ ਪੁਲਿਸ ਦੇ ਵਿੱਚ ਜਾਂ ਆਰਮੀ ਦੇ ਵਿੱਚ ਭਰਤੀ ਹੋਣਾ ਹੀ ਹੈ। ਤਕਰੀਬਨ ਆਰਮੀ ਦੀ ਭਰਤੀ ਲਗਾਤਾਰ ਚੱਲਦੀ ਰਹਿੰਦੀ ਹੈ, ਪੰਜਾਬ ਪੁਲਿਸ ਦੇ ਵਿੱਚ ਜਦੋਂ ਵੈਕੈਂਸੀ ਲੋੜ ਹੈ ਪੰਜਾਬ ਸਰਕਾਰ ਉਸ ਟਾਈਮ ਜਿਹੜਾ ਭਰਤੀ ਕੱਢਦੀ ਹੈ। ਤੁਸੀਂ ਇੱਕ ਵਧੀਆ ਅਥਲੀਟ ਵੀ ਬਣ ਸਕਦੇ ਹੋ। ਹੁਣ ਕੁੜੀਆਂ ਨੇ ਲੌਂਗ ਜੰਪ ਵਧੀਆ ਲਾਉਂਦੀਆਂ ਨੇ, ਹਾਈ ਜੰਪ ਵਧੀਆ ਲਾਉਂਦੀਆਂ ਨੇ, ਹੋ ਸਕਦਾ ਕੱਲ ਨੂੰ ਉਹ ਨੈਸ਼ਨਲ ਇੰਟਰਨੈਸ਼ਨਲ ਓਲੰਪਿਕ ਦੇ ਵਿੱਚ ਚਲੇ ਜਾਣ। ਕਿਉਂਕਿ ਕੋਈ ਬੰਦਾ ਰੱਬ ਤੋਂ ਥੋੜੀ ਡਿੱਗਦਾ, ਰੱਬ ਤੋਂ ਥੋੜੀ ਡਿੱਗਦਾ ਕੋਈ ਬੰਦਾ, ਧਰਤੀ ਤੋਂ ਹੀ ਚੱਲਦਾ ਨਾ ਸਾਰਾ ਕੁਛ। ਇੱਕ ਧਰਤੀ ਦੇ ਵਿੱਚ ਬੀਜ ਬੋਇਆ ਜਾਂਦਾ, ਉਹ ਪਹਿਲਾਂ ਛੋਟਾ ਜਿਹਾ ਪੌਦਾ ਪੈਦਾ ਹੁੰਦਾ, ਫਿਰ ਦਰਖਤ ਬਣਦਾ, ਉਹਦੇ ਫਲ ਲੱਗਦੇ ਨੇ, ਉਹ ਛਾਂ ਦਿੰਦਾ, ਹੈ ਨਾ। ਜੇਕਰ ਉੱਥੇ ਮੇਰੇ ਵਰਗਾ ਕੋਈ ਧਰਤੀ 'ਚ ਬੀਜ ਲੱਭਿਆ ਵੀ ਯਾਰ ਐਡਾ ਕੀ ਦਰਖਤ ਨੂੰ ਕੱਟ ਦਿਓ, ਵੱਢ ਦਿਓ, ਉਹ ਤੋਂ ਕੀ ਛਾਂ ਭਾਲਦਾ, ਕੀ ਉਦੋਂ ਫਲ ਭਾਲਦਾ? ਸ਼ਹੀਦ ਭਗਤ ਸਿੰਘ ਸੀ, ਕਰਤਾਰ ਸਿੰਘ ਸਰਾਭਾ ਸੀ, ਊਧਮ ਸਿੰਘ, ਜੇ ਇਹ ਲੋਕ ਇਹ ਆਪਣੇ ਇਹ ਸਾਡੇ ਇਹ ਚੀਜ਼ਾਂ ਸੋਚਦੇ, ਇਹ ਸਮਾਜ ਸੇਵੀ ਯੋਧੇ ਸਾਡੇ ਮਹਾਵੀਰ ਯੋਧੇ ਇਹ ਚੀਜ਼ਾਂ ਸੋਚਦੇ ਬਈ ਆਪਾਂ ਕੀ ਲੈਣਾ ਦੇਸ਼ ਆਜ਼ਾਦ ਕਰਾਉਣ ਤੋਂ, ਕੀ ਤੁਸੀਂ ਆਜ਼ਾਦ ਹੋ ਜਾਂਦੇ? ਜੇ ਉਹ ਇਹ ਚੀਜ਼ਾਂ ਸੋਚਦੇ ਸਾਡੇ ਸੂਰਮੇ, ਕੀ ਅੱਜ ਤੱਕ ਤੁਸੀਂ ਇੱਥੇ ਪਹੁੰਚ ਜਾਂਦੇ? ਜੇ ਉਹਨਾਂ ਦੀ ਸੋਚ ਤਗੜੀ ਸੀਗੀ ਨਾ, ਤਾਂ ਸਾਡਾ ਦੇਸ਼ ਆਜ਼ਾਦ ਹੋਇਆ। ਆਪਾਂ ਸੋਚਦੇ ਰਹਿੰਦੇ ਹਾਂ ਵੀ ਯਾਰ ਮੈਂ ਇਕੱਲਾ, ਹਨਾ, ਮੈਂ ਕੀ ਕਰੂੰ। ਹੁਣ ਕੁੜੀਆਂ 'ਚ ਬਹੁਤ ਵੱਡੀ ਪ੍ਰੋਬਲਮ ਆ ਇਹ, ਸਰ ਮੈਂ ਤਾਂ ਇਕੱਲੀ ਰਹਿ ਗਈ ਸੀ, ਮੇਰੇ ਨਾਲ ਤਾਂ ਕੋਈ ਆਈ ਨਹੀਂ, ਤੇ ਮੈਂ ਤਾਂ ਕਰਕੇ ਕਰਾਉਣੀ। ਇਨਸਾਨ ਧਰਤੀ ਤੇ ਇਕੱਲਾ ਆਇਆ ਸੀ ਤੇ ਇਕੱਲਾ ਜਾਊਗਾ, ਇਹ ਦਿਮਾਗ 'ਚ ਗੱਲ ਬਿਠਾ ਕੇ ਰੱਖਿਓ। ਜੇਕਰ ਤੁਸੀਂ ਗਰਾਊਂਡ ਨਾਲ ਜੁੜੇ ਰਹੇ ਤਾਂ ਤੁਹਾਡੀ ਕਾਮਯਾਬੀ, ਤੁਹਾਡੀ ਮਿਹਨਤ ਦੇ ਫਲ ਨੂੰ ਕੋਈ ਨਹੀਂ ਰੋਕ ਸਕਦਾ। ਇਹ ਹੁਣ ਇਹ ਨਾ ਸੋਚੋ ਕਿ ਵੀ ਪੇਪਰ 'ਚ ਪਾਸ ਹੋਵਾਂਗੇ ਤਾਂ ਅਸੀਂ ਟ੍ਰਾਇਲਾਂ 'ਚ ਆਵਾਂਗੇ, ਠੀਕ ਹੈ ਨਾ,
कोई पुछ रहा मैट कितों बनूगी, बई किन्ने नंबर मैट चकी, असि तैयारी करिए ना करिए, इदा गल्ला तुहाडियां नैगेटिव सोची है। तुसीं तैयारी तां करदे रहो, की पता सवेरे रिजल्ट क्लीयर हो जाए, ये की पता लगता है कि फिर तुसीं तीन चार दिन ट्रायल क्लीयर कर दोगे, नहीं कर सकते ना। इस करके ग्राउंड नाल जुड़े रहो, ये थोड़ी है भी कल्ला तुसीं भर्ती होना, तुसीं वधिया नैशनल एथलीट भी बन सकते हो, वड्डे प्लेयर बन सकते हो। इस करके तुहानूं बेनती है कदे भी नैगेटिव ना सोचो, जदों सोचना पॉजिटिव सोचो, परमात्मा तुहाडी मदद जरूर करूगा, तुसीं जरूर अपनियां बुलंदियां नूं कामयाब होवोगे, एक दिन सिखरां ते पहुंचोगे। इस करके ਤੁਸੀਂ ਮਿਹਨਤ ਕਰਦੇ ਰਹੋ, ਗਰਾਊਂਡ ਨਾਲ ਜੁੜੇ ਰਹੋ, ਜਦੋਂ ਰਿਜ਼ਲਟ ਆ ਗਿਆ ਤੁਹਾਨੂੰ ਸਾਰਾ ਪਤਾ ਲੱਗ ਜੂਗਾ। ਹੁਣ ਜੇਰਵਾਲ ਦਾ ਜਿਹੜਾ ਰਿਜ਼ਲਟ ਪਿਆ ਵੀ ਉਹ ਪਾਸ ਫੇਲ ਜੋ ਵੀ ਹੈਗਾ ਹਨਾ, ਤੇ ਦੱਸਿਆ ਵੀ ਉਹਦੇ ਵਿੱਚ ਫੇਰ ਪੁੱਛੀ ਜਾਂਦੇ ਨੇ ਬਾਈ ਜੀ ਕਿੰਨੇ ਦੋ ਮਿੰਟ ਚੱਕਣੇ ਆ, ਉਹ ਸਾਰਾ ਬੋਰਡ ਨੇ ਦੇਖਣਾ, ਤੁਹਾਡਾ ਕੰਮ ਹੈ ਮਿਹਨਤ ਕਰਨਾ। ਅੱਗੇ ਕਿਹਨੂੰ ਬੁਲਾਉਂਦੇ ਨੇ, ਉਹ ਕੀ ਗੱਲਬਾਤ ਹੈ, ਉਹ ਤੁਹਾਨੂੰ ਪਤਾ ਲੱਗ ਜੂ। ਬਸ ਮੇਰੀ ਬੇਨਤੀ ਹੈ ਵੀ ਗਰਾਊਂਡ ਨਾਲ ਜੁੜੇ ਰਹੋ, ਤੇ ਇਹ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਹਲੇ ਵੀ ਨਰਵਸ ਬੈਠੇ ਨੇ। ਤਾਕੜੇ ਬਣੋ, ਐਂ ਪੂਰੇ ਯੋਧੇ ਬਣ ਜਾਓ, ਲੜੋ, ਜੇ ਲੜੋਗੇ ਤਾਂ ਅੱਗੇ ਵਧੋਗੇ, ਠੀਕ ਹੈ। ਜੇ ਗਲਤੀ ਕਰੋਗੇ ਤਾਂ ਸਿੱਖੋਗੇ, ਜੇ ਗਰਾਊਂਡ 'ਚ ਜਾਓਗੇ ਤਾਂ ਮਿਹਨਤ ਬੱਲੇ ਪਊ, ਘਰੇ ਬੈਠ ਕੇ ਕੁਛ ਨਹੀਂ ਬੱਟੀਦਾ, ਠੀਕ ਹੈ। ਜੇ ਤੁਸੀਂ ਦੇਖੋ ਜਿਹੜੀ ਅੱਜ ਕੱਲ੍ਹ ਉਹ ਗੇਮ ਚੱਲ ਰਹੀਆਂ ਨੇ, ਜਿਹਨਾਂ ਦੀ ਲੱਤਾਂ ਵਾਹਾਂ ਮੁੜਦੀਆਂ ਲੱਗੀਆਂ ਨੇ ਨਾ, ਉਹ ਵੀ ਇਨਸਾਨ ਨੇ, ਕਿੰਨੀ ਮਿਹਨਤ ਕਰ ਰਹੇ ਨੇ, ਤੁਹਾਨੂੰ ਤਾਂ ਪਰਮਾਤਮਾ ਨੇ ਅੰਗ ਪੈਸੇ ਦਿੱਤੇ ਨੇ। ਇਸ ਕਰਕੇ ਵਧੀਆ ਇਨਸਾਨ ਬਣੋ, ਚੰਗੇ ਬਣੋ, ਤੇ ਸੋਚ ਚੰਗੀ ਰੱਖੋ। ਜੇ ਸੋਚ ਬਦਲੋਗੇ ਤਾਂ ਦੇਸ਼ ਬਦਲੋਗੇ। ਜੇ ਹੁਣ ਦਾ ਸਾਡਾ ਦੇਸ਼ ਦਾ ਭਵਿੱਖ ਜਿਹੜਾ, ਇਹ ਗੱਲਾਂ ਸੋਚਣ ਲੱਗ ਗਿਆ ਵੀ ਨਹੀਂ ਯਾਰ ਐ ਨੀ ਆ ਨੀ, ਫੇਰ ਤੁਹਾਡੇ ਬੱਲੇ ਕੋਈ ਮਿਹਨਤ ਨਹੀਂ ਪੈਂਦੀ। ਇਸ ਕਰਕੇ ਲਗਾਤਾਰ ਧਰਤੀ ਨਾਲ ਜੁੜੇ ਰਹੋ, ਠੀਕ ਹੈ ਜੀ। ਇੰਨੇ ਕੁ ਮੇਰੀ ਬੇਨਤੀ ਨੇ, ਪ੍ਰਵਾਨ ਕਰਿਓ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।